ਜਿਹੜੀ ਨਾ ਮਿਲੀ ਹੋਊਗੀ। ਮੈਂ ਇਹ ਸਭ ਚੀਜ਼ਾਂ ਕਿਉਂ ਤੁਹਾਨੂੰ ਦੱਸ ਰਹੀ, ਐਕਚੁਅਲੀ ਸਾਡੇ ਸਾਰਿਆਂ ਦੀ ਡਿਜ਼ਾਇਰ ਹੈ ਕਿ ਇੱਦਾਂ ਸਭ ਚੰਗੀਆਂ ਚੀਜ਼ਾਂ ਜਿਹੜੀਆਂ ਹੈ ਨਾ ਉਹ ਸਾਡੇ ਘਰਾਂ ਦੇ ਵਿੱਚ ਹੋਣ, ਸਾਡੀ ਲਾਈਫ ਦੇ ਵਿੱਚ ਹੋਣ। ਔਰ ਜਦੋਂ ਅਸੀਂ ਰੱਜਦੇ ਹਾਂ ਨਾ, ਸਾਡੇ ਜਿਹੜੇ ਸਾਨੂੰ ਦੇਖਦੇ ਆ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ੁਰ ਦੀ ਮਹਿਮਾ ਪ੍ਰਗਟ ਹੁੰਦੀ ਆ ਕਿ ਹਾਂ ਵਾਕਿਆ ਜੇ ਇਹ ਰੱਬ ਰੱਬ ਕਰਦੇ ਆ, ਇਹ ਯਸੂ ਯਸੂ ਕਰਦੇ ਆ, ਇਹ ਹਾਲੇਲੂਇਆ ਕਰਦੇ ਆ, ਜਾਂ ਐਵਰੀ ਸੰਡੇ ਚਰਚ ਨੂੰ ਜਾਂਦੇ ਆ, ਤਾਂ ਵਾਕਿਆ ਹੀ ਇਹਨਾਂ ਦੇ ਘਰ ਵਿੱਚ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਆ। ਦੇਖੋ ਵਚਨ ਵਿੱਚ ਲਿਖਿਆ ਆ ਇਹ ਚੀਜ਼ ਕਿ ਮੈਂ ਚਾਹੁੰਦਾ ਆ ਕਿ ਤੁਸੀਂ ਬਰਕਤ 'ਤੇ ਬਰਕਤ ਪਾਓ। ਪ੍ਰਭੂ ਦੀ ਇੱਛਾ ਆ ਕਿ ਅਸੀਂ ਬਰਕਤ 'ਤੇ ਬਰਕਤ ਪਾਈਏ। ਕਹਿੰਦਾ ਪ੍ਰਭੂ ਦੀ ਖੁਸ਼ੀ ਆ ਕਿ ਅਸੀਂ ਹੱਦੋਂ ਬਾਹਲਾ ਫਲ ਲੈ ਕੇ ਆਈਏ, ਅਸੀਂ ਹੱਦੋਂ ਬਾਹਲੇ ਫਲਦਾਰ ਹੋ ਜਾਈਏ। ਸੋ ਇਹ ਪਰਮੇਸ਼ੁਰ ਦੀ ਇੱਛਾ ਇਸ ਚੀਜ਼ ਦੇ ਵਿੱਚ ਆ। ਪਰਮੇਸ਼ੁਰ ਦੀ ਇੱਛਾ, ਪਰਮੇਸ਼ੁਰ ਦੀ ਖੁਸ਼ੀ ਸਾਨੂੰ ਨਾਸ਼ ਕਰਨ ਦੇ ਵਿੱਚ ਨਹੀਂ ਆ, ਪਰਮੇਸ਼ੁਰ ਦੀ ਖੁਸ਼ੀ ਸਾਨੂੰ ਬਿਮਾਰੀ ਦੇਣ ਦੇ ਵਿੱਚ ਨਹੀਂ ਆ, ਪਰਮੇਸ਼ੁਰ ਦੀ ਖੁਸ਼ੀ ਸਾਨੂੰ ਗਰੀਬੀ ਦੇਣ ਵਿੱਚ ਨਹੀਂ ਆ। ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਹੱਸਦਿਆਂ ਖੇਡਦਿਆਂ ਦੇਖਣਾ ਚਾਹੁੰਦੇ ਹਾਂ, ਇੱਦਾਂ ਹੀ ਪ੍ਰਭੂ ਵੀ ਸਾਨੂੰ ਹੱਸਦਿਆਂ ਖੇਡਦਿਆਂ ਹੀ ਦੇਖਣਾ ਚਾਹੁੰਦੇ ਆ, ਉਹ ਵੀ ਸਾਨੂੰ ਬਰਕਤ ਦੇ ਕੇ ਹੀ ਖੁਸ਼ ਹੁੰਦੇ ਆ। ਪ੍ਰਭੂ ਦੀ ਇੱਛਾ ਸਾਨੂੰ ਨਾਸ਼ ਕਰਨ ਦੇ ਵਿੱਚ ਬਿਲਕੁਲ ਵੀ ਨਹੀਂ ਆ। ਵਚਨ ਦੇ ਵਿੱਚ ਲਿਖਿਆ ਤਾਂ ਆ ਸਾਫ਼ ਹੀ, ਕਹਿੰਦਾ ਜੇ ਤੁਸੀਂ ਬੁਰੇ ਪਿਤਾ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤਾਂ ਮੈਂ ਤੁਹਾਡਾ ਸਵਰਗੀ ਪਿਤਾ ਕਿੰਨਾ ਵੱਧ ਤੁਹਾਡੇ ਨਾਲ ਪਿਆਰ ਕਰਦਾ ਹਾਂ, ਕਿੰਨੀ ਵੱਧ ਜਿਹੜਾ ਆ ਚੰਗੇ ਤਰੀਕੇ ਨਾਲ ਤੁਹਾਡੀ ਪ੍ਰਤਪਾਲ ਜਿਹੜੀ ਆ ਉਹ ਮੈਂ ਕਰਦਾ ਹਾਂ। ਸੋ ਅਗਰ ਅਸੀਂ ਪਾਪੀ ਇਨਸਾਨ, ਚੋਰ ਇਨਸਾਨ, ਜਾਂ ਹੋਰ ਕਈ ਜਿਹੜੀਆਂ ਬੁਰਿਆਈਆਂ ਆ ਸਾਡੇ ਜੀਵਨ ਦੇ ਵਿੱਚ, ਉਹ ਸਭ ਹੋਣ ਦੇ ਬਾਵਜੂਦ ਅਸੀਂ ਆਪਣੇ ਬੱਚਿਆਂ ਦਾ ਖਿਆਲ ਰੱਖਦੇ, ਉਹ ਸਵਰਗੀ ਪਿਤਾ ਤਾਂ ਬਹੁਤ ਮਹਾਨ। ਹਾਲੇਲੂਇਆ। ਜਦੋਂ ਅਸੀਂ ਬਵਸਥਾ ਸਾਰ ਦੀ ਕਿਤਾਬ ਉਹਦਾ 28 ਨੰਬਰ ਅਧਿਆਏ ਅਸੀਂ ਦੇਖਦੇ ਹਾਂ, ਉਹਦੀ ਪਹਿਲੀ ਦੂਜੀ ਪੰਕਤੀ ਦੇਖਦੇ ਹਾਂ, ਅਤੇ ਉਹ ਤੁਸੀਂ 28 ਨੰਬਰ ਅਧਿਆਏ ਦਾ ਜਿਹੜਾ ਚੈਪਟਰ ਆ, ਜਦੋਂ ਤੁਸੀਂ ਉਹ 16-17 ਆਇਤਾਂ ਜਿਹੜੀਆਂ ਪਹਿਲੀਆਂ ਉਹਨਾਂ ਨੂੰ ਤੁਸੀਂ ਪੜ੍ਹਦੇ ਆ ਨਾ, ਤੁਹਾਡਾ ਜੀ ਖੁਸ਼ੀ ਦੇ ਨਾਲ ਭਰ ਜਾਂਦਾ ਕਿ ਪਰਮੇਸ਼ੁਰ ਨੇ ਇੰਨੀਆਂ ਬਰਕਤਾਂ ਸਾਡੇ ਲਈ ਠਹਿਰਾਈਆਂ। ਅਗਰ ਅਸੀਂ ਆਪਣਾ ਪਰਸਨਲ ਰਿਲੇਸ਼ਨ ਪਰਮੇਸ਼ੁਰ ਦੇ ਨਾਲ ਬਿਲਡ ਕਰ ਲਈਏ, ਤਾਂ ਕੋਈ ਇਹੋ ਜਿਹੀ ਬਰਕਤ ਹੈ ਹੀ ਨਹੀਂ ਜਿਹੜੀ ਪਰਮੇਸ਼ੁਰ ਨੇ ਸਾਡੇ ਲਈ ਨਾ ਰੱਖੀ ਹੋਵੇ। ਬੱਚਿਆਂ ਦੀਆਂ ਆਸ਼ੀਸ਼ਾਂ, ਹਰ ਚੰਗੀ ਆਸ਼ੀਸ਼ ਜਿਹੜੀ ਆ ਪਰਮੇਸ਼ੁਰ ਨੇ ਠਹਿਰਾਈ ਆ। ਮੈਂ ਇੱਕ ਦਿਨ ਇੱਕ ਪਾਸਟਰ ਜੀ ਦੀ ਟੈਸਟੀਮਨੀ ਸੁਣ ਰਹੀ ਸੀਗੀ, ਅਮੈਰੀਕਾ ਦੇ ਵਿੱਚ ਆ ਪਾਸਟਰ ਜੀ, ਅਤੇ ਉਹ ਟੈਸਟੀਮਨੀ ਦੱਸ ਰਹੇ ਸੀਗੇ, ਪੁਰਾਣੀ ਆ ਟੈਸਟੀਮਨੀ। ਸੋ ਉਹਨਾਂ ਨੇ ਟੈਸਟੀਮਨੀ ਦੱਸੀ ਕਿ ਉਹ ਇੱਕ ਪਾਸਟਰ ਜੀ ਨੂੰ ਮਿਲੇ, ਅਤੇ ਜਦੋਂ ਉਹ ਇੱਕ ਪਾਸਟਰ ਨੂੰ ਜਦੋਂ ਮਿਲੇ, ਤਾਂ ਉਹ ਪਾਸਟਰ ਇੱਕ ਜਿੱਦਾਂ ਕੁੱਲੀ ਹੁੰਦੀ ਆ ਨਾ, ਕਾਇੰਡ ਆਫ ਇੱਦਾਂ ਦੀ ਝੌਂਪੜੀ ਜਿੱਦਾਂ ਹੁੰਦੀ, ਝੁੱਗੀ ਝੌਂਪੜੀ, ਇੱਦਾਂ ਦੇ ਘਰ ਵਿੱਚ ਉਹ ਰਹਿ ਰਹੇ ਸੀਗੇ, ਖੇਤਾਂ ਦੇ ਵਿੱਚ ਇੱਦਾਂ ਦਾ ਘਰ ਸੀਗਾ। ਪਰ ਉਹ ਹੈ ਪਾਸਟਰ ਹੀ ਸੀ, ਉਹ ਵੀ ਪਾਸਟਰ ਹੀ ਸੀਗੇ ਜਿਹੜੇ ਮਿਲੇ, ਉਹ ਤਾਂ ਪਾਸਟਰ ਸੀਗੇ ਹੀ, ਜਿਹਦੀ ਸਿਚੁਏਸ਼ਨ ਇਹ ਸੀਗੀ ਨਾ, ਉਹ ਵੀ ਪਾਸਟਰ ਹੀ ਸੀ। ਅਤੇ ਉਹ ਪਰ ਬਹੁਤ ਨੇਚਾ ਵਾਲਾ, ਪ੍ਰਾਰਥਨਾ ਵਾਲਾ ਜੀਵਨ ਸੀ, ਬੜੀ ਵਫਾਦਾਰੀ ਦੇ ਨਾਲ ਉਹ ਪ੍ਰਭੂ ਦੀ ਸੇਵਕਾਈ ਕਰਦੇ ਸੀਗੇ। ਅਤੇ ਕਹਿੰਦੇ ਕਿ ਮੈਨੂੰ ਕਾਫੀ ਦੇਖਣ ਨੂੰ ਉਹਨਾਂ 'ਤੇ ਇੱਦਾਂ ਤਰਸ ਆਇਆ ਕਿ ਕੀ ਸਿਚੁਏਸ਼ਨ ਆ ਇਹਦੀ, ਪਰ ਕਹਿੰਦੇ ਵੀ ਮੈਂ ਕੁਛ ਨਹੀਂ ਕਰ ਸਕਦਾ ਸੀਗਾ, ਪਰ ਮੈਂ ਉਹਨਾਂ ਦੀ ਨੇਚਾ ਤੋਂ ਬਹੁਤ ਜ਼ਿਆਦਾ ਖੁਸ਼ ਹੋਇਆ ਕਿ ਉਹਨਾਂ ਦੀ ਨੇਚਾ ਬਹੁਤ ਆ ਔਰ ਉਹ ਪ੍ਰਭੂ ਦੇ ਵਿੱਚ ਆਨੰਦਿਤ। ਉਹਨਾਂ ਦੇ ਗੁਆਂਢ ਦੇ ਵਿੱਚ ਥੋੜ੍ਹੀ ਦੂਰ 'ਤੇ ਹੀ ਇੱਕ ਹੋਰ ਜਿਹੜਾ ਸੀਗਾ ਕੋਈ ਇਨਸਾਨ ਰਹਿੰਦਾ ਸੀਗਾ, ਜਿਹੜਾ ਬਹੁਤ ਵੱਡਾ ਜਿਹਦਾ ਬਿਜ਼ਨਸ ਸੀਗਾ, ਔਰ ਉਹਦੇ ਕੋਲ ਸੈਂਕੜੇ ਹੀ ਗਾਵਾਂ ਸੀਗੀਆਂ, 100 ਤੋਂ ਵੀ ਵੱਧ ਗਾਵਾਂ ਸੀਗੀਆਂ ਉਹਦੇ ਕੋਲ, ਬਹੁਤ ਜ਼ਿਆਦਾ, ਕਈ 100 ਗਾਵਾਂ ਸੀਗੀਆਂ। ਪਰ ਉਹ ਜਿਹੜਾ ਸੀ ਨਾ, ਉਹਦੇ ਅੰਦਰ ਛਲ ਕਪਟ ਬਹੁਤ ਸੀਗਾ। ਇੱਧਰ ਇੱਕ ਪਰਮੇਸ਼ੁਰ ਦਾ ਜਨ ਆ
ਜਿਹੜਾ ਬੜੀ ਨਾਜ਼ੁਕ ਜਿਹੀ ਸਿਚੁਏਸ਼ਨ ਦੇ ਵਿੱਚ ਆ, ਪਰ ਉਹਦੇ ਕੋਲ ਇੱਦਾਂ ਦਾ ਕੁਛ ਹੈ ਨਹੀਂ, ਇਨਕਮ ਸੋਰਸ ਇੰਨੇ ਤਕੜੇ ਨਹੀਂ ਹੈਗੇ, ਪਰ ਉਹ ਨੇਚਰ ਦੇ ਵਿੱਚ ਉਹ ਡੋਲਿਆ ਨਹੀਂ ਕਿ ਮੈਂ ਪ੍ਰਭੂ ਤੇਰੀ ਮੈਂ ਸੇਵਾ ਕਰਨ ਡਿਆ ਹਾਂ ਅਤੇ ਮੈਂ ਭੁੱਖਾ ਮਰਨ ਡਿਆ ਹਾਂ ਪ੍ਰਭੂ ਤੂੰ ਇੱਦਾਂ ਇੱਦਾਂ। ਕਈ ਤਾਂ ਕਈ ਖੁਦਾ ਦੇ ਦਾਸ ਵੀ ਡੋਲ ਜਾਂਦੇ ਆ। ਇਹ ਨਾ ਸਾਡਾ ਕਈ ਵਾਰੀ ਇਮਤਿਹਾਨ ਹੀ ਹੁੰਦਾ ਹੈ। ਅਗਰ ਅਸੀਂ ਇਸ ਇਮਤਿਹਾਨ ਦੇ ਵਿੱਚ ਜਿਹੜਾ ਆ ਨਾ ਉਸ ਅਸੀਂ ਉਹਨੂੰ ਕ੍ਰੋਸ ਕਰ ਗਏ, ਅਸੀਂ ਉਹਨੂੰ ਉਹ 'ਚੋਂ ਨਿਕਲ ਗਏ, ਤਾਂ ਸਮਝ ਲਓ ਕਿ ਤੁਸੀਂ ਇੱਕ ਵੱਡੀ ਬਲੈਸਿੰਗ ਨੂੰ ਲੈ ਲਓਗੇ। ਹੁਣ ਉਹ ਪਾਸਬਾਨ ਪ੍ਰਾਰਥਨਾ ਕਰੇ, ਖੁਦਾ ਤੂੰ ਮੁਹੱਈਆ ਕਰਨ ਵਾਲਾ ਪਰਮੇਸ਼ੁਰ ਆ, ਮੈਂ ਯਕੀਨ ਕਰਦਾ ਤੁਸੀਂ ਮੇਰੇ ਲਈ ਬ੍ਰਾਈਟ ਫਿਊਚਰ ਰੱਖਿਆ, ਤੁਸੀਂ ਸਭ ਕੁਛ ਜਿਹੜਾ ਮੇਰੇ ਲਈ ਸੇਫ ਰੱਖਿਆ ਆ। ਉਹਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਹੋਇਆ ਕੀ ਕਿ ਇੱਕ ਦਿਨ 10 ਗਾਵਾਂ ਜਿਹੜੀਆਂ ਸੀਗੀਆਂ, ਉਹ ਜਿਹੜਾ ਲਾਗੇ ਇੱਕ ਬਿਜ਼ਨਸਮੈਨ ਸੀਗਾ ਜਿਹਦਾ ਮੱਝਾਂ ਗਾਵਾਂ ਦਾ ਬਿਜ਼ਨਸ ਸੀ, ਡੇਅਰੀ ਫਾਰਮ ਦਾ ਬਿਜ਼ਨਸ ਸੀਗਾ, ਦੁੱਧ ਦਹੀਂ ਦਾ ਕਾਰੋਬਾਰ, ਉਹਦੀਆਂ 10 ਗਾਵਾਂ ਭੱਜ ਕੇ ਅਤੇ ਇਸ ਪਾਦਰੀ ਜੀ ਦੇ ਕੋਲ ਆ ਗਈਆਂ। ਉਹਨਾਂ ਨੇ ਉਹਨੇ ਆਪਣੇ ਜਿਹੜੇ ਕੰਮ ਵਾਲੇ ਸੀ ਉਹਨਾਂ ਨੂੰ ਭੇਜਿਆ ਕਿ ਜਾਓ ਗਾਵਾਂ ਲੱਭ ਕੇ ਲਿਆਓ, ਉਹ ਲੈ ਗਏ ਗਾਵਾਂ ਨੂੰ ਫੜ ਕੇ। ਹੋਇਆ ਕੀ ਕਿ 10 ਕੁ ਦਿਨਾਂ ਬਾਅਦ ਫਿਰ ਉਹ 10 ਗਾਵਾਂ ਜਿਹੜੀਆਂ ਸੀ 8-10 ਦਿਨਾਂ ਬਾਅਦ ਉਹ ਫਿਰ ਭੱਜ ਕੇ ਅਤੇ ਪਾਸਟਰ ਦੀ ਝੌਂਪੜੀ ਅੱਗੇ ਜਿਹੜੀਆਂ ਖੜੀਆਂ ਹੋ ਜਾਣ ਅਤੇ ਉੱਥੋਂ ਨਿਕਲਣ ਦਾ ਨਾਮ ਹੀ ਨਾ ਲੈਣ, ਉਹ ਫਿਰ ਵਾਪਸ ਲੈ ਕੇ ਗਏ। ਜਦੋਂ 5-6 ਵਾਰੀ ਉਹੀ 10 ਗਾਵਾਂ ਜਿਹੜੀਆਂ ਸੀ ਉਹ ਬਾਰ ਬਾਰ ਉਸ ਪਾਸਟਰ ਵੱਲ ਨੂੰ ਜਾ ਰਹੀਆਂ ਸੀਗੀਆਂ, ਤਾਂ ਉਹ ਜਿਹੜਾ ਬਿਜ਼ਨਸਮੈਨ ਸੀਗਾ ਨਾ ਉਹਨੇ ਆਪਣੇ ਕੰਮ ਵਾਲਿਆਂ ਨੂੰ ਕਿਹਾ ਜਾਓ ਅਤੇ ਜਾ ਕੇ ਉਸ ਪਾਸਟਰ ਨੂੰ ਕਹਿ ਦਿਓ ਕਿ ਇਹ ਜਿਹੜੀਆਂ 10 ਗਾਵਾਂ ਆ ਨਾ ਇਹ ਮੇਰੇ ਵੱਲੋਂ ਤੁਹਾਨੂੰ ਤੋਹਫਾ ਆ, ਇਹ ਤੁਹਾਡੇ ਲਈ ਇੱਕ ਗਿਫਟ ਆ, ਕਿਉਂਕਿ ਇਹ ਗਾਵਾਂ ਹੁਣ ਮੇਰੇ ਕੋਲ ਰਹਿ ਕੇ ਖੁਸ਼ ਨਹੀਂ ਆ। ਉੱਥੇ ਉਹ ਬਿਹੇਵੀਅਰ ਹੀ ਉਹਨਾਂ ਗਾਵਾਂ ਦਾ ਜਿਹੜਾ ਸੀ ਨਾ ਉਹ ਬਦਲ ਗਿਆ, ਇਹ ਗਾਵਾਂ ਤੁਹਾਡੇ ਲਈ ਆ, ਮੇਰੇ ਵੱਲੋਂ ਤੋਹਫਾ ਸਮਝੋ। ਉਹ ਗਾਵਾਂ ਉਹਨਾਂ ਨੇ ਰੱਖ ਲਈਆਂ, ਖੁਦਾ ਦੇ ਦਾਸ ਨੇ ਪ੍ਰਾਰਥਨਾ ਕੀਤੀ, ਧੰਨਵਾਦ ਕੀਤਾ, ਸ਼ੁਕਰਗੁਜ਼ਾਰੀ ਕੀਤੀ ਕਿ ਇਸ ਬਿਧ ਪਰਮੇਸ਼ਵਰ ਨੇ ਜਿਹੜਾ ਆ ਉਹਨੂੰ ਉਹਨਾਂ ਗਾਵਾਂ ਦੇ ਨਾਲ ਬਲੈਸ ਕੀਤਾ। ਹੁਣ ਉਹ ਗਾਵਾਂ ਜਿਹੜੀਆਂ ਆ ਉਹ ਦੁੱਧ ਦਿੰਦੀਆਂ ਆ, ਉਹ ਪਾਸਟਰ ਜੀ ਨੇ ਦੁੱਧ ਵੇਚਣਾ ਸ਼ੁਰੂ ਕੀਤਾ, ਖੁਦਾ ਦੇ ਦਾਸ ਨੇ ਮੱਖਣ ਜੋ ਵੀ ਦੁੱਧ ਦੇ ਪ੍ਰੋਡਕਟ ਸੀਗੇ ਉਹ ਸਵੱਲੇ ਭਾਅ 'ਤੇ ਉਹਨੇ ਵੇਚਣੇ ਸ਼ੁਰੂ ਕੀਤੇ ਅਤੇ ਉਹਦੇ ਘਰ ਦੇ ਅੱਗੇ ਜਿਹੜੀਆਂ ਸੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਗਾਹਕਾਂ ਦੀਆਂ। ਜਦੋਂ ਹੁਣ ਉਹਦੀ ਬਿਜ਼ਨਸ ਵਧਣ ਲੱਗ ਗਈ, ਸਿਰਫ ਉਹ 10 ਗਾਵਾਂ 'ਤੇ ਨਹੀਂ ਰਹਿ ਗਿਆ, ਹੁਣ ਉਹਦੇ ਕੋਲ ਪੈਸਾ ਆ, ਹੁਣ ਉਹਨੇ ਹੋਰ ਵੀ ਮਾਲ ਡੰਗਰ ਖਰੀਦ ਲਏ ਆ। ਜਦੋਂ ਉਹਨੇ ਮਾਲ ਡੰਗਰ ਖਰੀਦਿਆ ਔਰ ਪਿਓਰ ਚੀਜ਼ ਦੇ ਰਿਹਾ, ਕਿਉਂਕਿ ਉਹਦੇ ਮਨ ਦੇ ਅੰਦਰ ਪਰਮੇਸ਼ਵਰ ਦਾ ਭੈ ਆ, ਜਿਹੜੇ ਲੋਕ ਪਰਮੇਸ਼ਵਰ ਦਾ ਭੈ ਰੱਖਦੇ ਆ ਨਾ ਉਹਨਾਂ ਦੀ ਗੱਲਬਾਤ ਹੀ ਵੱਖਰੀ ਆ। ਤਾਂ ਜਦੋਂ ਇਹ ਪਰਮੇਸ਼ਵਰ ਦਾ ਭੈ ਰੱਖਣ ਵਾਲਾ ਬੰਦਾ ਆ, ਇਹ ਖਾਲਸ ਚੀਜ਼ਾਂ ਵੇਚ ਰਿਹਾ, ਪਿਓਰ ਚੀਜ਼ਾਂ ਵੇਚ ਰਿਹਾ ਆ, ਅਤੇ ਲੋਕ ਵੀ ਖੁਸ਼ ਆ। ਔਰ ਹੋਇਆ ਕੀ ਕਿ ਇੱਕ ਦਿਨ ਜਿਹਨੇ 10 ਗਾਵਾਂ ਗਿਫਟ ਵਿੱਚ ਦਿੱਤੀਆਂ ਸੀਗੀਆਂ ਉਹ ਇਨਸਾਨ ਜਿਹੜਾ ਆ ਇਸ ਰੱਬ ਦੇ ਦਾਸ ਨੂੰ ਮਿਲਣ ਵਾਸਤੇ ਆਇਆ, ਅਤੇ ਉਹਨੇ ਕਿਹਾ ਕਿ ਦੇਖ ਭਾਈ ਮੈਂ ਤੇਰੇ ਨਾਲ ਬਿਜ਼ਨਸ ਵਿੱਚ ਕੰਪੀਟੀਸ਼ਨ ਨਹੀਂ ਕਰ ਸਕਦਾ ਕਿਉਂਕਿ ਲੋਕ ਮੇਰੇ ਪ੍ਰੋਡਕਟ ਲਾਈਕ ਹੀ ਨਹੀਂ ਕਰ ਰਹੇ। ਤਾਂ ਹੁਣ ਚੰਗੀ ਗੱਲ ਇਹ ਆ ਕਿ ਮੈਂ ਇੱਥੋਂ ਮੂਵ ਹੋ ਜਾਣਾ, ਤੂੰ ਮੇਰੀ ਬਿਜ਼ਨਸ ਜਿਹੜੀ ਆ ਨਾ ਉਹ ਖਰੀਦ ਲਾ। ਅਤੇ ਉਹ ਇੰਨੇ ਸਸਤੇ ਰੇਟ 'ਤੇ ਆਪਣੀ ਸਾਰੀ ਬਣੀ ਬਣਾਈ ਬਿਜ਼ਨਸ ਜਿਹੜੀ ਆ ਨਾ ਉਸ ਖੁਦਾ ਦੇ ਦਾਸ ਨੂੰ ਵੇਚ ਕੇ ਚਲੇ ਗਿਆ, ਜਿਹੜੀ ਕਿ ਉਸ ਖੁਦਾ ਦੇ ਦਾਸ ਨੇ ਐਕਸਪੈਕਟ ਵੀ ਨਹੀਂ ਕੀਤੀ ਸੀਗੀ, ਜਿਹੜੀ ਉਹਨੇ ਸੋਚੀ ਵੀ ਨਹੀਂ ਸੀਗੀ। ਅਤੇ ਉਹ ਬਿਜ਼ਨਸ ਜਿਹੜੀ ਆ ਨਾ ਉਹਦੇ ਨਾਲ ਪਰਮੇਸ਼ਵਰ ਨੇ ਉਸ ਦਾਸ ਨੂੰ ਆਪਣੇ ਨੂੰ ਬਲੈਸ ਕੀਤਾ, ਜਿਹੜਾ ਇੱਕ ਝੁੱਗੀ ਝੌਂਪੜੀ ਵਿੱਚ ਰਹਿੰਦਾ ਸੀ ਔਰ ਕਹਿ ਰਿਹਾ ਸੀ ਖੁਦਾ ਮੈਂ ਯਕੀਨ ਕਰਦਾ ਕਿ ਮੇਰਾ ਫਿਊਚਰ ਬ੍ਰਾਈਟ ਆ ਕਿਉਂਕਿ ਮੈਂ ਪਰਮੇਸ਼ਵਰ ਦੇ ਨਾਲ ਜੁੜਿਆ ਹੋਇਆ, ਮੈਂ ਪ੍ਰਭੂ ਮੈਂ ਤੁਹਾਡੇ ਨਾਲ ਜੁੜਿਆ ਹੋਇਆ, ਤੁਸੀਂ ਮੈਨੂੰ
ਕਦੀ ਵੀ ਅਨਾਥ ਨਹੀਂ ਛੱਡੋਗੇ, ਕਦੀ ਵੀ ਤਿਆਗਿਆ ਹੋਇਆ ਨਹੀਂ ਛੱਡੋਗੇ। ਤੁਸੀਂ ਮੈਨੂੰ ਲੋਕਾਂ ਦੇ ਲਈ ਸ਼ਰਮਿੰਦਗੀ ਦਾ ਕਾਰਨ ਨਹੀਂ, ਪਰ ਮੈਂ ਮੇਰੇ ਪ੍ਰਭੂ ਇਹਨਾਂ ਲੋਕਾਂ ਦੀ ਨਜ਼ਰ ਵਿੱਚ ਤੁਹਾਡੇ ਲਈ ਮਹਿਮਾ ਦਾ ਕਾਰਨ ਬਣਾਂਗਾ। ਤਾਂ ਉਹ ਜ਼ਰੂਰ ਜਿਹੜਾ ਆ ਉਹ ਉਸ ਤਰੀਕੇ ਦੇ ਨਾਲ ਬਲੈਸ ਹੋ ਗਿਆ, ਉਹਨੇ ਬਰਕਤ ਪਾ ਲਈ। ਅਗਰ ਅਸੀਂ ਪਰਮੇਸ਼ਵਰ ਦੇ ਵਿੱਚ ਬਣੇ ਰਹੀਏ ਅਸੀਂ ਜ਼ਰੂਰ ਬਰਕਤ ਪਾਉਂਦੇ ਹਾਂ। ਦੇਖੋ ਵਚਨ ਦੇ ਵਿੱਚ ਲਿਖਿਆ ਆ, ਕਹਿੰਦਾ ਉਹਦੇ ਰਾਹ ਵੱਖਰੇ ਆ, ਕਹਿੰਦਾ ਮੇਰੀਆਂ ਸੋਚਾਂ ਤੁਹਾਡੀਆਂ ਸੋਚਾਂ ਵਰਗੀਆਂ ਨਹੀਂ ਆ, ਮੇਰੇ ਰਾਹ ਤੁਹਾਡੇ ਰਾਹਾਂ ਵਰਗੇ ਨਹੀਂ ਆ। ਪਰਮੇਸ਼ਵਰ ਦੇ ਰਾਹ ਹੀ ਨਿਆਰੇ ਆ। ਤੁਸੀਂ ਦੇਖੋ ਕਿ ਉਹ 10 ਗਾਵਾਂ ਆਪੇ ਭੱਜ ਕੇ, ਮਤਲਬ ਐਕਚੁਅਲੀ ਕਿਸੇ ਨੂੰ ਦੇਖ ਨਹੀਂ ਰਿਹਾ ਸੀ, ਪਰ ਪ੍ਰਭੂ ਨੇ ਇੱਕ ਦੂਤ ਦੀ ਡਿਊਟੀ ਲਾਈ ਹੋਣੀ ਆ ਕਿ ਜਾਓ 10 ਗਾਵਾਂ ਨੂੰ ਹੱਕ ਕੇ ਅਤੇ ਉਹਦੇ ਬੂਹੇ ਮੋਹਰੇ ਖੜਾ ਕਰ ਦੇ, ਅਤੇ ਉਹ ਦੂਤ ਉੱਥੇ ਖਲੋਤਾ ਹੋਣਾ ਵੀ ਇੱਥੇ ਹੀ ਰਹਿਣਾ ਤੁਸੀਂ। ਖੁਦਾ ਤੁਹਾਨੂੰ ਕਿੱਦਾਂ ਬਲੈਸ ਕਰ ਸਕਦੇ ਆ ਤੁਸੀਂ ਅੰਦਾਜ਼ਾ ਵੀ ਨਹੀਂ ਲਾਇਆ ਹੋ ਸਕਦਾ। ਤੁਸੀਂ ਇਹ ਬਿਲਕੁਲ ਨਾ ਸੋਚੋ ਕਿ ਮੈਂ ਛੋਟਾ ਬਿਜ਼ਨਸ ਕਰ ਰਿਹਾ, ਤੁਸੀਂ ਇਹ ਬਿਲਕੁਲ ਨਾ ਸੋਚੋ ਕਿ ਮੈਂ ਇਸ ਨਿੱਕੀ ਜਿਹੀ ਹੱਟੀ ਵਿੱਚੋਂ ਛੋਟੀ ਜਿਹੀ ਦੁਕਾਨ ਦੇ ਵਿੱਚੋਂ ਮੇਰਾ ਕੀ ਬਣਨਾ, ਮੈਂ ਕਿੱਥੋਂ ਨਿਆਣੇ ਪੜ੍ਹਾ ਲੈਣੇ, ਮੈਂ ਕਿੱਥੋਂ ਕਿੱਦਾਂ ਕਰ ਸਕਦਾ। ਕੱਲ੍ਹ ਹੀ ਮੈਨੂੰ ਬ੍ਰਦਰ ਭੁਪਿੰਦਰ ਮਿਲੇ ਔਰ ਉਹਨਾਂ ਨੇ ਆਪਣੀ ਟੈਸਟੀਮਨੀ ਦੱਸੀ ਕਿ ਕਿੱਦਾਂ ਪਰਮੇਸ਼ਵਰ ਨੇ ਉਹਨਾਂ ਨੂੰ ਬਲੈਸ ਕੀਤਾ। ਪਹਿਲਾਂ ਵੀ ਉਹਨਾਂ ਨੇ ਕਈ ਵਾਰੀ ਆਪਣੀ ਟੈਸਟੀਮਨੀ ਦੱਸੀ, ਪਰ ਕੱਲ੍ਹ ਡਿਫਰੈਂਟ ਤਰੀਕੇ ਦੀ ਟੈਸਟੀਮਨੀ ਸੀਗੀ ਕਿ ਕਿੱਦਾਂ ਪਰਮੇਸ਼ਵਰ ਉਹਨਾਂ ਨੂੰ ਬਲੈਸ ਕਰ ਰਹੇ ਆ। ਜਿਹਨਾਂ ਲੋਕ ਬਾਹਰ ਜਾ ਕੇ ਕਮਾਈਆਂ ਕਰ ਰਹੇ ਹਨ, ਖੁਦਾ ਨੇ ਉਹਨਾਂ ਨੂੰ ਇੱਥੇ ਹੀ ਬਲੈਸ ਕੀਤਾ ਹੈ। ਪਰ ਉਹਦਾ ਇੱਕ ਰੀਜ਼ਨ ਆ, ਉਹਦਾ ਰੀਜ਼ਨ ਆ ਕਿ ਉਹਨਾਂ ਦੋਹਾਂ ਜੀਆਂ ਦੀ ਇੱਕ ਪਰਸਨਲ ਰਿਲੇਸ਼ਨਸ਼ਿਪ ਜਿਹੜੀ ਆ ਨਾ ਉਹ ਪਰਮੇਸ਼ਵਰ ਦੇ ਨਾਲ ਬਣੀ ਹੋਈ। ਉਹ ਹਸਬੈਂਡ ਵਾਈਫ ਪਹਿਲਾਂ ਬ੍ਰਦਰ ਕਹਿੰਦੇ ਉਹ ਸਕੂਟਰੀ ਦੇ ਉੱਤੇ ਜਿਹੜਾ ਆ ਉਹ ਸੇਲ ਦਾ ਕੰਮ ਕਰਦੇ ਸੀਗੇ, ਔਰ ਇੱਕ ਦਿਨ ਕਹਿੰਦੇ ਮੇਰੀ ਵਾਈਫ ਪ੍ਰਾਰਥਨਾ ਵਿੱਚ ਬੈਠੀ, ਇੱਕਦਮ ਉੱਠੀ, ਕਹਿੰਦੀ ਵੀ ਉੱਠ, ਜਿੰਨੇ ਵੀ ਪੈਸੇ ਹੈਗੇ ਆ ਨਾ ਚੱਕ ਅਤੇ ਜਾ ਕੇ ਗੱਡੀ ਖਰੀਦ ਲਾ, ਪਰਮੇਸ਼ਵਰ ਤੇਰੇ ਕੰਮ ਨੂੰ ਵਧਾਉਣ ਜਾ ਰਹੇ ਆ। ਕਹਿੰਦੇ ਮੈਨੂੰ ਗੱਲ ਵੀ ਨਹੀਂ ਉਹਨੇ ਕਰਨ ਦਿੱਤੀ, ਕਹਿੰਦੀ ਫਟਾਫਟ ਕਰ, ਉੱਠ ਅਤੇ ਜਾ ਕੇ ਗੱਡੀ ਖਰੀਦ। ਔਰ ਉਹਨਾਂ ਨੇ ਗੱਡੀ ਲਈ, ਇਲੈਕਟ੍ਰੋਨਿਕ ਗੱਡੀ ਲਈ ਉਹਨਾਂ ਨੇ, ਔਰ ਹੁਣ ਉਹ ਪ੍ਰਭੂ ਨੇ ਉਹਨਾਂ ਦਾ ਫੀਲਡ ਵੀ ਵਧਾ ਦਿੱਤਾ, ਪਰਮੇਸ਼ਵਰ ਨੇ ਉਹਨਾਂ ਦੇ ਕਾਰੋਬਾਰ ਨੂੰ ਵੀ ਵਧਾ ਦਿੱਤਾ। ਔਰ ਉਹ ਦੱਸ ਰਹੇ ਸੀਗੇ ਕਿ ਜੇ ਉਹਨਾਂ ਨੂੰ ਥੋੜ੍ਹਾ ਚਿਰ ਹੀ ਹੋਇਆ ਇਹ ਕੰਮ ਕਰਦਿਆਂ ਨੂੰ, ਔਰ ਖੁਦਾ ਨੇ ਜੇ ਇਸ ਲੈਵਲ 'ਤੇ ਉਹਨਾਂ ਨੂੰ ਲਿਆਂਦਾ, ਕੁਛ ਲੋਕ ਪਿਛਲੇ 10-10 ਸਾਲਾਂ ਤੋਂ 8-8 ਸਾਲਾਂ ਤੋਂ ਜਿਹੜਾ ਆ ਸੇਮ ਕੰਮ ਕਰ ਰਹੇ ਆ, ਉਸੇ ਏਰੀਆ ਦੇ ਵਿੱਚ ਕੰਮ ਕਰ ਰਹੇ ਆ, ਉਸੇ ਹੀ ਬੋਸ ਦੇ ਹੇਠਾਂ ਕੰਮ ਕਰ ਰਹੇ, ਪਰ ਉਹ ਅਜੇ ਤੱਕ ਉਸ ਲੈਵਲ 'ਤੇ ਪਹੁੰਚ ਨਹੀਂ ਸਕੇ, ਸਗੋਂ ਅੱਧ ਵਿੱਚ ਵੀ ਨਹੀਂ ਉਹਦੇ ਪਹੁੰਚ ਸਕੇ। ਦੇਖੋ ਜਦੋਂ ਤੁਸੀਂ ਮੈਗਨੈਟ ਦੇ ਨਾਲ ਜੁੜ ਜਾਓਗੇ ਨਾ, ਤੁਹਾਡੇ ਵਿੱਚ ਮੈਗਨੈਟ ਦੀਆਂ ਸਾਰੀਆਂ ਕੁਆਲਿਟੀਜ਼ ਜਿਹੜੀਆਂ ਆ ਉਹ ਆ ਜਾਣਗੀਆਂ, ਤੁਹਾਡੇ ਵਿੱਚ ਪਰਮੇਸ਼ਵਰ ਦੀ ਪੂਰੀ ਕਿਰਪਾ ਜਿਹੜੀ ਆ ਨਾ ਉਹ ਆਜੂਗੀ, ਔਰ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਜਿੱਦਾਂ ਦੇਖੋ ਉਹ ਪਰਮੇਸ਼ਵਰ ਦਾ ਦਾਸ ਪ੍ਰਾਰਥਨਾ ਕਰ ਰਿਹਾ ਸੀ, ਉਹ ਬਿਜ਼ਨਸ ਉਹਦੇ ਪਿੱਛੇ ਪੈ ਕੇ ਉਹਨੂੰ ਮਿਲੀ, 10 ਗਾਵਾਂ ਆਪੇ ਭੱਜ ਕੇ ਉਹਦੇ ਕੋਲ ਆਈਆਂ। ਸਾਡੇ ਇੱਥੇ ਬੇਟਾ ਸੀਗਾ ਪਿੰਦਾ, ਪਿੰਦੇ ਦੀ ਅਗਵਾਈ ਸੀਗੀ ਕਿ ਉਹਨੇ ਇੱਥੋਂ ਇੱਥੇ ਕੰਮ ਕਰਦਾ ਹੁੰਦਾ ਸੀ ਚਰਚ ਦੇ ਵਿੱਚ, ਅਤੇ ਜਦੋਂ ਉਹਨੇ ਕਿਤੇ ਆਪਣੇ ਘਰ ਜਾਣਾ ਹੈ ਨਾ, ਅਤੇ ਉਹਨੇ ਕਹਿਣਾ ਪਾਸਟਰ ਜੀ ਵੀ ਰੱਬ ਦੀ ਮਰਜ਼ੀ ਵੀ ਜਦੋਂ ਮੈਂ ਜਾਂਦਾ ਹਾਂ ਨਾ, ਅਤੇ ਜਿਹੜੀਆਂ ਆਹ ਲੋਕਾਂ ਨੇ ਹੱਕੀਆਂ ਨਹੀਂ ਹੁੰਦੀਆਂ ਗਾਵਾਂ ਗੂਵਾਂ ਖੋਲ੍ਹ ਕੇ ਛੱਡ ਦਿੰਦੇ ਆ, ਅਤੇ ਉਹ ਛੱਡੀਆਂ ਹੁੰਦੀਆਂ, ਅਤੇ ਕਹਿੰਦਾ ਮੈਨੂੰ ਉਹ ਗਾਂ ਉਹਨਾਂ 'ਚੋਂ ਮਿਲਣੀ ਆ ਜਿਹੜੀ ਵਾਕਿਆ ਦੁੱਧ ਦੇਣ ਵਾਲੀ ਹੋਵੇ ਜਾਂ ਗੱਬਣ ਹੋਵੇ, ਅਤੇ ਕਹਿੰਦਾ ਵੀ ਉਹ ਕਿਸੇ ਕੋਲੋਂ ਫੜ ਹੋਣ ਜਾਂ ਨਾ ਫੜ ਹੋਣ, ਕਹਿੰਦਾ ਮੈਂ ਥਾਪੀ ਦੇਣੀ ਆ, ਮੈਂ ਉਹਨਾਂ ਨੂੰ ਲਿਆ ਕੇ ਕਿੱਲੇ 'ਤੇ ਬੰਨ ਲੈਣਾ, ਅਤੇ ਕਹਿੰਦਾ ਉਹਨਾਂ ਨੇ ਸੂਆ ਸੂਣਾ ਆ, ਲਵੇਰਾ ਆਉਣਾ ਆ, ਅਤੇ ਉਹ ਗਾਂ ਦਿੰਦੀਆਂ ਵੀ ਫੀਮੇਲ ਕਾਫ ਸੀਗੀਆਂ, ਗਾਂ ਫੀਮੇਲ ਕਾਫ ਹੀ ਉਹਨਾਂ ਦੇ ਹੋਣੇ, ਅਤੇ ਉਹ ਚੰਗਾ ਹੀ ਦੁੱਧ ਜਿੱਦਾਂ ਉਹਨਾਂ ਨੇ ਗਾਵਾਂ ਨੇ ਦੇਣਾ। ਕਈ ਵਾਰੀ ਉਹਨੇ ਕਹਿਣਾ ਅੱਜ ਤਾਂ ਪਾਸਟਰ ਜੀ ਮੈਨੂੰ ਪਰਮੇਸ਼ਵਰ ਨੇ ਸਾਹਿਵਾਲ ਗਾਂ ਦੇ ਨਾਲ ਬਲੈਸ ਕਰ ਦਿੱਤਾ, ਅੱਜ ਮੈਨੂੰ ਇੱਦਾਂ ਬਲੈਸ ਕੀਤਾ। ਅਜੀਬ ਰੀਤੀ ਦੇ ਨਾਲ ਉਸ ਬੱਚੇ ਨੂੰ ਪਰਮੇਸ਼ਵਰ ਨੇ ਬਲੈਸ ਕਰਨਾ,
ਕਈ ਵਾਰੀ ਕਿਸੇ ਦੇ ਖੇਤ ਵਿੱਚੋਂ ਕੋਈ ਗਾਂ ਨਹੀਂ ਨਿਕਲਣੀ ਤਾਂ ਲੋਕੀ ਲੋਕਾਂ ਨੇ ਦੇਖਣਾ ਵੀ ਪਿੰਦਾ ਆਇਆ ਆ, ਪਿੰਦੇ ਨੂੰ ਜਾ ਕੇ ਕਹਿੰਦੇ ਆ ਪਿੰਦੇ ਸਾਈਕਲ ਲੈ ਕੇ ਆ ਗਾਂ ਆ ਗਈ ਆ, ਅਤੇ ਪਿੰਦੇ ਨੇ ਜਦੋਂ ਜਾਣਾ ਉਹ ਦੇਖਣਾ ਅਤੇ ਉਹ ਗਾਂ ਨੇ ਗੱਭਣ ਹੀ ਨਿਕਲਣਾ ਜਾਂ ਉਸ ਗਾਂ ਨੇ ਲਵੇਰੇ ਦੇ ਵਿੱਚ ਹੋਣਾ ਹੈ। ਤਾਂ ਅਦਭੁਤ ਰਾਹ ਆ ਪਰਮੇਸ਼ੁਰ ਦੇ, ਬਹੁਤ ਹੀ ਅਦਭੁਤ ਰਾਹ ਆ ਪਰਮੇਸ਼ੁਰ ਦੇ। ਕਿੱਦਾਂ ਪਰਮੇਸ਼ੁਰ ਬਲੈਸ ਕਰ ਸਕਦੇ ਆ ਨਾ, ਤੁਸੀਂ ਸੋਚ ਤੱਕ ਨਹੀਂ ਸਕਦੇ। ਮੈਂ ਕਹਿੰਦੀ ਵਚਨ ਦੇ ਵਿੱਚ ਲਿਖਿਆ ਆ, ਕਹਿੰਦਾ ਜਿੱਥੋਂ ਤੁਸੀਂ ਬੀਜਿਆ ਨਹੀਂ ਤੁਸੀਂ ਉੱਥੋਂ ਵੀ ਵੱਢੋਗੇ। ਖੁਦਾ ਸਭ ਕੁਛ ਕਰਨ ਦੀ ਤਾਕਤ ਰੱਖਦੇ। ਤੁਸੀਂ ਇਹ ਨਾ ਸੋਚੋ ਕਿ ਖੁਦਾ ਕਿੱਦਾਂ ਬਲੈਸ ਕਰੂਗੇ, ਇਹ ਤਾਂ ਅੰਦਾਜ਼ੇ ਲਾਉਣੇ ਬੰਦ ਕਰ ਦਿਓ। ਪਰ ਤੁਸੀਂ ਇਹ ਵਿਸ਼ਵਾਸ ਰੱਖੋ ਕਿ ਖੁਦਾ ਜਾਣਦਾ ਆ ਕਿ ਉਹਨੇ ਕਿੱਦਾਂ ਮੈਨੂੰ ਬਲੈਸ ਕਰਨਾ ਹੈ, ਬਸ। ਅਤੇ ਉਹ ਮੈਨੂੰ ਬਲੈਸ ਜ਼ਰੂਰ ਕਰਨ ਵਾਲਾ ਪਰਮੇਸ਼ੁਰ, ਉਹ ਮੈਨੂੰ ਜ਼ਰੂਰ ਕਰੇਗਾ। ਅਗਰ ਸਾਨੂੰ ਖੁਦਾ ਨੇ ਸਟਾਰਟਿੰਗ ਦੇ ਵਿੱਚ ਹੀ ਪਲਾਨ ਦੱਸ ਦਿੱਤੇ ਹੋਣ, ਦੇਖੋ ਸਾਨੂੰ ਵਚਨ ਦੇ ਵਿੱਚ ਖੁਦਾ ਨੇ ਦੱਸ ਤਾਂ ਦਿੱਤੀ ਇੱਕ ਚੀਜ਼ ਕਿ ਮੈਂ ਜਿਹੜੀਆਂ ਸੋਚਾਂ ਤੁਹਾਡੇ ਵਿਖੇ ਸੋਚਦਾ ਹਾਂ ਉਹ ਮੈਂ ਜਾਣਦਾ ਹਾਂ। ਉਹ ਸੋਚਾਂ ਲਾਭ ਦੀਆਂ ਆ, ਹਾਨੀ ਦੀਆਂ ਨਹੀਂ। ਉਹ ਸੋਚਾਂ ਬਰਕਤ ਵਾਲੀਆਂ ਆ, ਉਹ ਤੁਹਾਡੇ ਨੁਕਸਾਨ ਵਾਲੀਆਂ ਨਹੀਂ ਆ, ਉਹ ਤੁਹਾਡੇ ਫਿਊਚਰ ਦੀ ਹੋਪ ਆ। ਕਹਿੰਦਾ ਜਿਹੜੀਆਂ ਤੁਹਾਨੂੰ ਛੇਕੜ ਨੂੰ ਆਸ ਦਵਾਉਣ, ਜਿਹੜੀਆਂ ਤੁਹਾਨੂੰ ਫਿਊਚਰ ਦੀ ਆਸ ਦਵਾਉਂਦੀਆਂ ਉਹ ਪਲੈਨਿੰਗਸ ਆ, ਕਹਿੰਦਾ ਮੇਰੇ ਕੋਲ। ਹੁਣ ਇਹਦੋਂ ਪੱਧਰਾ ਹੋਰ ਕੀ ਰਹਿ ਗਿਆ? ਸਿੱਧਾ ਤਾਂ ਕਹਿ ਦਿੱਤਾ ਕਿ ਫਿਊਚਰ ਤੁਹਾਡਾ ਬ੍ਰਾਈਟ ਆ, ਮੇਰੇ ਕੋਲ ਤੁਹਾਡੇ ਬ੍ਰਾਈਟ ਫਿਊਚਰ ਦੀਆਂ ਪਲੈਨਿੰਗਸ ਆ। ਪਰ ਅਗਰ ਅਸੀਂ ਵਿਸ਼ਵਾਸ ਨਹੀਂ ਕਰਾਂਗੇ ਉਹ ਪਲੈਨਿੰਗਸ ਪੂਰੀਆਂ ਨਹੀਂ ਹੋਣੀਆਂ, ਅਗਰ ਅਸੀਂ ਪ੍ਰਾਰਥਨਾ ਵਿੱਚ ਨਹੀਂ ਬੈਠਾਂਗੇ ਉਹ ਪਲੈਨਿੰਗਸ ਪੂਰੀਆਂ ਨਹੀਂ ਹੋਣੀਆਂ, ਅਗਰ ਅਸੀਂ ਪਰਮੇਸ਼ੁਰ ਅੱਗੇ ਸਰੈਂਡਰ ਨਹੀਂ ਕਰਾਂਗੇ ਉਹ ਪਲੈਨਿੰਗਸ ਪੂਰੀਆਂ ਹੋ ਹੀ ਨਹੀਂ ਸਕਦੀਆਂ। ਹੁਣ ਉਹ ਪਲੈਨਿੰਗਸ ਪੂਰੀਆਂ ਹੋਣ ਉਹਦੇ ਲਈ ਸਾਨੂੰ ਪਰਸਨਲ ਰਿਲੇਸ਼ਨਸ਼ਿਪ, ਸਟਰੋਂਗ ਰਿਲੇਸ਼ਨਸ਼ਿਪ, ਪਿਓਰ ਰਿਲੇਸ਼ਨਸ਼ਿਪ ਜਿਹੜੀ ਆ ਨਾ ਉਹ ਪਰਮੇਸ਼ੁਰ ਦੇ ਨਾਲ ਬਿਲਡ ਕਰਨੀ ਹੋਊਗੀ। ਇੱਕ ਚੰਗਾ ਰਿਸ਼ਤਾ, ਸੁਧਰਿਆ ਹੋਇਆ ਰਿਸ਼ਤਾ, ਪਿਆਰ ਵਾਲਾ, ਹਕੀਕਤ ਵਾਲਾ ਰਿਸ਼ਤਾ ਜਿਹੜਾ ਹੈ ਨਾ ਉਹ ਪਰਮੇਸ਼ੁਰ ਦੇ ਨਾਲ ਜਿਹੜਾ ਹੈ ਉਹ ਬਣਾਉਣਾ ਹੋਊਗਾ। ਜਦ ਤੱਕ ਉਹ ਰਿਸ਼ਤਾ ਨਹੀਂ ਬਣੇਗਾ ਉਦੋਂ ਤੱਕ ਉਹ ਪਲੈਨਿੰਗਸ ਜਿਹੜੀਆਂ ਆ ਉਹ ਪੂਰੀਆਂ ਨਹੀਂ ਹੋਣਗੀਆਂ। ਤੁਸੀਂ ਚਾਹੁੰਦੇ ਆ ਪਿੱਛੇ ਪੈ ਕੇ ਬਰਕਤਾਂ ਆਉਣ, ਪਰ ਜਿਹਦੇ ਪਿੱਛੇ ਤੁਸੀਂ ਜਾਣਾ